ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਜੀ ਆਖਰ ਇਥੋਂ ਮਿਲਿਆ ਮੋਗੇ ਦੇ ਵਿੱਚ ਕ੍ਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ ਕੱਲ ਤੋਂ ਹੋ ਰਹੀਆਂ ਸਨ ਅਨਾਉਂਸਮੈਂਟਾਂ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਇੱਕ ਵੱਡਾ ਹਾਰਸਾ ਜਿਹੜਾ ਹੋਇਆ ਸੀ ਮੋਗੇ ਦੇ ਵਿੱਚ ਜਹਾਜ਼ ਕ੍ਰੈਸ਼ ਦਾ ਬਲੈਕ ਬਾਕਸ ਆਖਰ ਇਥੋਂ ਮਿਲ ਚੁੱਕਿਆ ਹੈ ਤੇ ਕੱਲ ਤੋਂ ਹੋ ਰੀਆਂ ਸਨ ਅਨਾਉਂਸਮੈਂਟਾਂ ਵੀਰਵਾਰ ਰਾਤ ਨੂੰ ਜਿੱਥੇ ਰਾਜਸਥਾਨ ਹਵਾਈ ਫੌਜ ਦਾ ਇੱਕ ਮਿਗ 21 ਫਾਈਟਰ ਜਹਾਜ਼ ਜੋ ਸਖਲਾਈ ਰੇ ਰਾਜਸਥਾਨ ਤੋਂ ਪੰਜਾਬ ਦੇ ਜਗਰਾਉਂ ਦੇ ਨੇੜੇ ਸਖਲਾਈ ਲਈ ਆਇਆ ਹੋਇਆ ਸੀ ਤੇ ਸਖਲਾਈ ਉਪਰੰਤ ਵਾਪਸ ਰਾਜਸਥਾਨ ਲਈ ਉਡਾਨ ਭਰੇ ਸੀ ਪਰ ਉਸ ਉਪਰੰਤ ਜਦੋਂ ਇਹ ਜਹਾਜ਼ ਮੋਗਾ ਦੇ ਨੇੜੇ ਇੱਕ ਪਿੰਡ ਲੰਗਿਆਣੇ ਖੁਰਦ ਵਿਖੇ ਪਹੁੰਚਿਆ ਤਾਂ ਇਸ ਵੱਜ ਤਕਨੀਕੀ ਖਰਾਬੀ ਦੇ ਕਾਰਨ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਤੇ ਜਹਾਜ਼ ਚਾਲਕ ਵੱਲੋਂ ਜਹਾਜ਼ ਵਿੱਚੋਂ ਛਾਲ ਲਗਾ ਦਿੱਤੀ ਗਈ ਸੀ ਲੇਕਿਨ ਪੈਰਾਸ਼ੂਟ ਨਾ ਖੁੱਲਣ ਕਾਰਨ ਉਹ ਗਰਦਨ ਭਾਰ ਡੱਗ ਪਿਆ ਸੀ ਤੇ ਜਿਸ ਕਾਰਨ ਉਹਦੀ ਮੌਤ ਵੀ ਹੋ ਗਈ ਸੀ ਜਿੱਥੇ ਜਾਂਚ ਟੀਮ ਵੱਲੋਂ ਇਸ ਜਹਾਜ਼ ਦੇ ਮਲਬੇ ਦੀ ਜਾਂਚ ਕੀਤੀ ਜਾ ਰਹੀ ਤੇ ਉੱਥੇ ਹੀ ਬਲੈਕ ਬਾਕਸ ਦਾ ਲਾਪਤਾ ਹੁੰਦਾ ਸਮਾਚਾਰ ਮਿਲਿਆ ਸੀ ਜਿਸ ਕਾਰਨ ਪਿੰਡ ਵਿੱਚ ਜਹਾਜ਼ ਦਾ ਬਲੈਕ ਬਾਕਸ ਸਰਪੰਚ ਨੂੰ ਦਿੱਤੇ ਜਾਣ ਦੇ ਆਦੇਸ਼ ਵੀ ਦਿੱਤੇ ਗਏ ਸਨ ਤੇ ਇਸ ਜਗ੍ਹਾ ਤੇ ਜਹਾਜ਼ ਕ੍ਰੈਸ਼ ਹੋਇਆ ਸੀ ਤੇ ਅੱਜ ਉਸ ਜਗ੍ਹਾ ਤੇ ਹੀ ਇੱਕ ਜਹਾਜ਼ ਦਾ ਬਲੈਕ ਬਾਕਸ ਮਿੱਟੀ ਦੇ ਹੀਟਾਂ ਦੱਬਿਆ ਹੋਇਆ ਮਿਲਿਆ ਹੈ ਤੇ ਇਸ ਬਲੈਕ ਬਾਕਸ ਨੂੰ ਪਿੰਡ ਦੇ ਲੋਕਾਂ ਵੱਲੋਂ ਪਾਇਨੂੰ ਲੈਖਤੀ ਰੂਪ ਦੇ ਵਿੱਚ ਵਾਪਸ ਕਰ ਦਿੱਤਾ ਗਿਆ ਹੈ ਤੇ ਕਿਉਂਕਿ ਇਸ ਬਲੈਕ ਬਾਕਸ ਦੇ ਵਿੱਚ ਜ਼ਰੂਰੀ ਡਾਟਾ ਮੌਜੂਦ ਹੁੰਦਾ ਹੈ ਤੇ ਇਸ ਤੋਂ ਹਾਰ ਸੇਰੀ ਜ਼ਰੂਰੀ ਜਾਣਕਾਰੀ ਪ੍ਰਾਪਤ ਹੋਵੇਗੀ ਤੇ ਇਸ ਲਈ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈ ਗਈ ਸੀ ਕਿ ਅਗਰ ਕੋਈ ਵੀ ਜਹਾਅ ਆਈਡਿਆਸ ਕੀਮਤੀ ਸਮਾਨ ਨੂੰ ਲੈ ਕੇ ਜਹਾਜ ਚੁੱਕਿਆ ਹੈ ਤਾਂ ਉਹ ਵਾਪਸ ਕਰ ਦੇਵੇ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਅੱਗੇ ਆ ਕੇ ਫੌਜ ਦੀ ਮਦਦ ਕੀਤੀ ਗਈ ਤੇ ਜਹਾਜ਼ ਦਾ ਬਲੈਕ ਬਾਕਸ ਨਾ ਮਿਲਣ ਦੀ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਜਿਹੜੀ ਕਿ ਫੈਲ ਚੁੱਕੀ ਸੀ ਤੇ ਹੁਣ ਬਲੈਕ ਬਾਕਸ ਜਿਹੜਾ ਕਿ ਫੌਜ ਨੂੰ ਮਿਲ ਚੁੱਕਿਆ ਹੈ